ਕੇਜਰੀਵਾਲ ਸਾਹਿਬ ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਅਸਤੀਫਾ ਦੇ ਨਹੀਂ ਰਹੇ ਇਹਨਾਂ ਦੇ ਕੋਲੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਜੋ ਉਹਨਾਂ ਨੇ ਕਿਹਾ ਸੀ ਅਸਤੀਫਾ ਦੇਣਾ ਪੈ ਰਿਹਾ ਹੈ ਉਹਨਾਂ ਦੇ ਹੁਕਮ ਅਨੁਸਾਰ ਦੇਣਾ ਪੈ ਰਿਹਾ ਹੈ ਕਿਉਂਕਿ ਜੋ ਕੁਝ ਹੋਇਆ ਉਹ ਸਾਰੀ ਦੁਨੀਆ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਅਦਾਲਤ ਦੇ ਹੁਕਮ ਨੂੰ ਚੰਗੀ ਤਰ੍ਹਾਂ ਸੁਣਿਆ ਇਹ ਹੁਣ ਡਰਾਮੇਬਾਜ਼ੀ ਕਰ ਰਹੇ ਨੇ ਤੇ ਨਾਲ ਹੀ ਮੈਂ ਇਹ ਦੇ ਕੱਲ ਵੀ ਕਹਿਣੀ ਚਾਹਨਾ ਕਿ ਜਿੱਥੇ ਕੇਜਰੀਵਾਲ ਅਸਤੀਫਾ ਦਿੱਲੀ ਦੇ ਬਤੌਰ ਮੁੱਖ ਮੰਤਰੀ ਦੇ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਸਤੀਫਾ ਦੇਣਾ ਪੈ ਜਾਏ ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਲਾਅ ਐਂਡ ਆਰਡਰ ਡਕੈਤੀਆਂ ਲੁੱਟਾਂ ਖੋਹਾਂ ਨਸ਼ਾ ਸਾਰਾ ਕੁਝ ਉਹ ਜਿਹੜਾ ਚਰਨ ਸੀਮਾ ਦੇ ਉੱਤੇ ਆ ਤੇ ਉਹਦੇ ਰੋਸ ਵਿੱਚ ਅਸੀਂ ਕੱਲ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਜਿੱਥੇ-ਜਿੱਥੇ ਸਬ ਡਿਵੀਜ਼ਨਾਂ ਨੇ ਡੀਐਸਪੀ ਨੇ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਅਸੀਂ ਰੋਸ ਧਰਨਾ ਦੇ ਰਹੇ ਹਾਂ ਤਾਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀ ਸਰਕਾਰ ਹੈ ਇਹ ਬੁਰੀ ਤਰ੍ਹਾਂ ਫੇਲ ਹੋਈ ਹੈ ਅੱਜ ਇਹ ਸਰਕਾਰ ਦੇ ਰਾਜ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਮੈਂ ਗੱਲ ਨਾਲ ਹੀ ਜੋੜਦਿਆਂ ਜੇਕਰ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਇੱਕ ਗੱਲਬਾਤ ਕਰਦਿਆਂ ਕਿਹਾ ਸੀ ਸਿੱਖਾਂ ਦੇ ਬਾਰੇ ਕਿ ਅੱਜ ਦੇਸ਼ ਵਿੱਚ ਘਟਗਿੰਦੀਆਂ ਜਾਂ ਕੋਈ ਵੀ ਸੁਰੱਖਿਅਤ ਨਹੀਂ ਇਹਦੇ ਵਿੱਚ ਝੂਠ ਵੀ ਕੀ ਹੈ ਅੱਜ ਤੁਸੀਂ ਵੇਖੋ ਜੋ ਪੰਜਾਬ ਦੇ ਹਾਲਾਤ ਨੇ ਫਰੋਤੀਆਂ ਦੀ ਗੱਲ ਕਰ ਲਓ ਕਤਲਾਂ ਦੀ ਗੱਲ ਕਰ ਲਓ ਡਕੈਤੀਆਂ ਦੀ ਗੱਲ ਕਰ ਲਓ ਨਸ਼ੇ ਦੀ ਗੱਲ ਕਰ ਲਓ ਇਹਨਾਂ ਕੋਲੋਂ ਲਾਇਡ ਆਰਡਰ ਕੰਟਰੋਲ ਹੀ ਨਹੀਂ ਹੋ ਰਿਹਾ ਮੈਂ ਸਮਝਦਾ ਕਿ ਕੇਜਰੀਵਾਲ ਦੇ ਮਗਰੇ ਮਗਰੀ ਸ਼ਾਇਦ ਭਗਵੰਤ ਮਾਨ ਜੀ ਨੂੰ ਵੀ ਅਸਤੀਫਾ ਦੇਣਾ ਪੈ ਜਾਵੇ